ਸ਼ਨੀਵਾਰ ਨੂੰ ਪੱਛਮੀ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਗੋਲੀ ਚਲਾਉਣ ਵਾਲੇ ਸ਼ੱਕੀ ਵਜੋਂ ਇੱਕ ਥੌਮਸ ਮੈਥਿਊ ਕਰੁਕਸ ਦੀ ਪਛਾਣ ਕੀਤੀ ਹੈ। 20 ਸਾਲਾ ਕਰੁਕਸ ਨੂੰ ਸੁਰੱਖਿਆ ਅਧਿਕਾਰੀਆਂ ਨੇ ਉਸ ਸਮੇਂ ਮਾਰ ਦਿੱਤਾ ਸੀ ਜਦੋਂ ਉਸਨੇ ਰਿਪਬਲਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 'ਤੇ ਗੋਲੀਬਾਰੀ ਕੀਤੀ ਸੀ, ਜਿਸ ਨਾਲ ਉਸਦੇ ਸੱਜੇ ਕੰਨ ਨੂੰ ਸੱਟ ਲੱਗ ਗਈ ਸੀ। ਕਰੁਕਸ ਨੇ ਸਟੇਜ ਤੋਂ 130 ਗਜ ਦੀ ਦੂਰੀ 'ਤੇ ਇੱਕ ਨਿਰਮਾਣ ਪਲਾਂਟ ਦੀ ਛੱਤ ਤੋਂ ਗੋਲੀਆਂ ਚਲਾਈਆਂ, ਜਿੱਥੇ 78 ਸਾਲਾ ਟਰੰਪ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। FBI ਵੱਲੋਂ ਜਾਰੀ ਬਿਆਨ ਮੁਤਾਬਕ ਕਰੁਕਸ ਪੈਨਸਿਲਵੇਨੀਆ ਦੇ ਬੈਥਲ ਪਾਰਕ ਦਾ ਵਸਨੀਕ ਹੈ, ਜੋ ਬਟਲਰ ਤੋਂ ਕਰੀਬ 40 ਮੀਲ ਦੱਖਣ ਵੱਲ ਸੀ, ਜਿੱਥੇ ਟਰੰਪ ਦੀ ਰੈਲੀ ਹੋ ਰਹੀ ਸੀ। ਕਰੁਕਸ ਦੇ ਸਿਰ ਵਿੱਚ ਕਥਿਤ ਤੌਰ 'ਤੇ ਗੋਲੀ ਮਾਰੀ ਗਈ ਸੀ ਜਦੋਂ ਉਸਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਏਜੰਸੀ ਨੇ ਕਿਹਾ ਕਿ FBI ਨੇ ਬੈਥਲ ਪਾਰਕ ਪੈਨਸਿਲਵੇਨੀਆ ਦੇ 20 ਸਾਲਾ ਥੌਮਸ ਮੈਥਿਊ ਕਰੁਕਸ ਦੀ ਪਛਾਣ 13 ਜੁਲਾਈ ਨੂੰ ਬਟਲਰ ਪੈਨਸਿਲਵੇਨੀਆ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਵਿੱਚ ਸ਼ਾਮਲ ਵਿਸ਼ੇ ਵਜੋਂ ਕੀਤੀ ਹੈ। ਕਈ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ CBS ਨਿਊਜ਼ ਨੂੰ ਦੱਸਿਆ ਕਿ ਸ਼ੱਕੀ ਨੇ 200 ਫੁੱਟ ਅਤੇ 300 ਫੁੱਟ ਦੇ ਵਿਚਕਾਰ AR ਸਟਾਈਲ ਰਾਈਫਲ ਨਾਲ ਇੱਕ ਉੱਚੇ ਸ਼ੈੱਡ 'ਤੇ ਗੋਲੀਬਾਰੀ ਕੀਤੀ ਸੀ। ਇੱਕ ਨਿਊਜ਼ ਕਾਨਫਰੰਸ ਵਿੱਚ ਪਿਟਸਬਰਗ ਦਫ਼ਤਰ ਦੇ ਇੰਚਾਰਜ FBI ਦੇ ਵਿਸ਼ੇਸ਼ ਏਜੰਟ ਕੈਵਿਨ ਰੋਜੇਕ ਨੇ ਕਿਹਾ ਹੈ ਕਿ ਹੈਰਾਨੀਜਨਕ ਇਹ ਹੈ ਕਿ ਬੰਦੂਕਧਾਰੀ ਕਈ ਗੋਲੀਆਂ ਚਲਾਉਣ ਦੇ ਯੋਗ ਸੀ। ਰੋਜੇਕ ਨੇ ਕਿਹਾ, ਅੱਜ ਸ਼ਾਮ ਸਾਡੇ ਕੋਲ ਉਹ ਸੀ ਜਿਸ ਨੂੰ ਅਸੀਂ ਆਪਣੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਇੱਕ ਹੱਤਿਆ ਦੀ ਕੋਸ਼ਿਸ਼ ਕਹਿ ਰਹੇ ਹਾਂ। ਉਸਨੇ ਕਿਹਾ ਕਿ FBI ਨੇ ਅਜੇ ਤੱਕ ਸ਼ੂਟਰ ਦੇ ਇਰਾਦੇ ਦੀ ਪਛਾਣ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਕੋਈ ਹੋਰ ਖਤਰਾ ਨਹੀਂ ਹੈ।